ਜੈ ਹਿੰਦ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਰਜਿੰਦਰ ਇੱਕ ਇਡੀਅਟ, ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਆਪਣੇ ਕਮਾਲ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਇੱਕ ਨਵੀਂ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਣ ਜਾ ਰਹੇ ਹਾਂ। ਔਰ ਉਹ ਸ਼ਖਸੀਅਤ ਜਿਹਨੇ ਕਿ ਬਹੁਤ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਇੱਕ ਵਧੀਆ ਮੁਕਾਮ ਹਾਸਲ ਕੀਤਾ, ਵਧੀਆ ਨਾਮ ਨਾ ਖੱਟਿਆ, ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ ਉਹ। ਔਰ ਇਹ ਉਹ ਫੀਲਡ ਹੈ ਜਿਹਦੇ ਵਿੱਚ ਕੋਈ ਵੀ ਵਿਅਕਤੀ ਵੜਨ ਦੇ ਲਈ ਬਹੁਤ ਘਾਲਣਾ ਘਾਲਦਾ, ਬਹੁਤ ਸੰਘਰਸ਼ ਕਰਦਾ, ਬਚਪਨ ਤੋਂ ਹੀ ਉਹਨੂੰ ਸੰਘਰਸ਼ ਕਰਨਾ ਪੈਂਦਾ। ਅਤੇ ਜਿਸ ਆਦਮੀ ਨੂੰ ਅੱਜ ਤੁਹਾਡੇ ਮੈਂ ਰੂਬਰੂ ਕਰਨ ਜਾ ਰਿਹਾ, ਉਹ ਜਦੋਂ ਸਾਹਮਣੇ ਆਏਗਾ ਤਾਂ ਮੈਨੂੰ ਉਹਦਾ ਨਾਮ ਦੱਸਣ ਦੀ ਜ਼ਰੂਰਤ ਨਹੀਂ ਪਏਗੀ, ਕਿਉਂਕਿ ਉਹਦੀਆਂ ਗੱਲਾਂ ਬਾਤਾਂ, ਉਹਦਾ ਜੋ ਸਟਾਈਲ ਆ, ਉਹ ਤੁਹਾਨੂੰ ਆਪਣੇ ਆਪ ਹੀ ਉਹਦੇ ਬਾਰੇ ਜਾਣੂ ਕਰਾ ਦੇਗਾ ਕਿ ਉਹ ਹੈ ਕੀ ਚੀਜ਼। ਅਤੇ ਆਓ ਮਿਲਦੇ ਹਾਂ ਇੱਕ ਬਹੁਤ ਹੀ ਵਧੀਆ ਆਰਟਿਸਟ, ਬਹੁਤ ਹੀ ਵਧੀਆ ਸਿੰਗਰ, ਜਿਹਨੇ ਕਿ ਜਿਹਦੇ ਦੋ ਗੀਤਾਂ ਨੇ ਧਮਾਲ ਮਚਾ ਦਿੱਤੀ, ਔਰ ਜਿਹੜਾ ਸੰਗੀਤ ਦਾ ਖੇਤਰ ਆ ਉਹਦੇ ਵਿੱਚ ਜਿਹੜੇ ਵੱਡੇ ਵੱਡੇ ਧੁਰੰਦਰ ਬੈਠੇ ਨੇ ਉਹਨਾਂ ਨੂੰ ਆਪਣੇ ਦੰਦਾਂ ਦੇ ਥੱਲੇ ਉਂਗਲੀਆਂ ਦਬਣ ਲਈ ਮਜਬੂਰ ਕਰ ਦਿੱਤਾ ਕਿ ਕੋਈ ਵਿਅਕਤੀ ਬਹੁਤ ਜ਼ਿਆਦਾ ਨਾਂ ਸਿੱਖਦੇ ਹੋਏ ਵੀ ਇੱਥੋਂ ਤੱਕ ਇਹੋ ਜਿਹਾ ਮੁਕਾਮ ਹਾਸਲ ਕਰ ਸਕਦਾ। ਅਤੇ ਆਓ ਮਿਲਦੇ ਹਾਂ ਰਈਏ ਦੇ ਹੀ ਵਸਨੀਕ ਮੇਰੇ ਛੋਟੇ ਵੀਰ ਜੈਦੀ ਦੇ ਨਾਲ, ਜਿਹਨੇ ਕਿ ਦੋ ਗੀਤਾਂ ਦੇ ਨਾਲ ਹੀ ਬਹੁਤ ਜ਼ਿਆਦਾ ਧੁੰਮ ਮਚਾਈ ਹੈ। ਸ਼ਿਪਾਵੇ ਨਗਰ ਉਹਦੀ ਚਾ ਜਿਹਦੇ ਕੱਲੀ ਜਵਾਲ ਕੁੜੀ ਕਰ ਗਈ ਕਮਾਲ, ਬੱਚ ਸਕਿਆ ਨਾ ਜੱਟ ਪਾ ਗਈ ਹੁਸਰਾਂ ਦੇ ਜਾਲ, ਮੈਂ ਕਹ ਕੀ ਇਹ ਹਾਲ ਚਾਲ ਕਹਿੰਦੀ ਤੁਹਾਡਾ ਹੀ ਗਿਆ। ਹੋਰ ਜੈਦੀ ਵੀ ਕੀ ਹਾਲ ਚਾਲ ਵੀ? ਸਤਿ ਸ਼੍ਰੀ ਅਕਾਲ ਭਾਜੀ, ਸਭ ਤੋਂ ਪਹਿਲਾਂ ਤੇ ਕਮਾਲ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਜੈਦੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਦੀ ਇਹ ਮੈਂ ਜਿੱਥੋਂ ਤੱਕ ਜਾਣਦਾ, ਕਿਉਂਕਿ ਮੈਂ ਰਈਏ ਦਾ ਐਗਜ਼ਾਮਪਲ ਹਾਂ, ਔਰ ਮੈਂ ਕਦੇ ਨਹੀਂ ਸੀ ਦੇਖਿਆ ਕਿ ਜਾਦੀ ਨੇ ਬਹੁਤ ਕੋਈ ਮਾਰਕਾ ਮਾਰਿਆ ਹੋਵੇ, ਬਹੁਤ ਸਟੇਜਾਂ ਕੀਤੀਆਂ ਹੋਣ, ਪਰ ਦੋ ਗੀਤਾਂ ਦੇ ਨਾਲ ਜਿੰਨੀ ਕੁ ਧੁੰਮ ਤੁਹਾਡੇ ਗੀਤਾਂ ਨੇ ਮਚਾ ਦਿੱਤੀ ਫਿੱਟ ਸੂਟ ਅਤੇ ਕਰਲੀ ਹੇਅਰ ਦੇ ਨਾਲ, ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਵਿਅਕਤੀ ਜਿਹੜਾ ਬਚਪਨ ਤੋਂ ਲੈ ਕੇ ਹੀ ਨਾ ਆਪਾਂ ਕਹੀਏ ਵੀ ਘਾਲਣਾ ਘਾਲਦਾ ਰਿਹਾ, ਸੰਘਰਸ਼ ਕੀਤਾ ਹੋਵੇ, ਉਹ ਆਦਮੀ ਵੀ ਇੱਥੋਂ ਤੱਕ ਪਹੁੰਚ ਸਕਿਆ। ਤੋ ਮੈਂ ਥੋੜ੍ਹਾ ਬਰੀਫ ਜਾਣਨਾ ਚਾਹੂੰਗਾ ਵੀ ਤੁਹਾਡਾ ਸੰਗੀਤਕ ਸਫ਼ਰ ਜਿਹੜਾ ਉਹ ਕਦੋਂ ਤੋਂ ਸ਼ੁਰੂ ਹੋਇਆ, ਔਰ ਇਹ ਬੁਲੰਦੀਆਂ ਤੱਕ ਕਿਸ ਤਰ੍ਹਾਂ ਪਹੁੰਚਿਆ, ਇਹਨੂੰ ਬਰੀਫ ਜਿਹਾ ਕਰਕੇ ਥੋੜ੍ਹਾ ਜਿਹਾ। ਅਤੇ ਭਾਅ ਜੀ, ਮੈਂ ਜਦੋਂ ਬਚਪਨ ਸੀਗਾ ਨਾ, ਅਤੇ ਮੈਂ ਸਕੂਲ ਪੜ੍ਹਦੇ ਹੁੰਦੇ ਸੀ ਉਦੋਂ ਜੀ, ਅਤੇ ਅੱਠਵੀਂ ਕਲਾਸ ਤੋਂ ਮੈਨੂੰ ਥੋੜ੍ਹਾ ਜਿਹਾ ਨਾ ਲਿਖਣ ਦਾ ਸ਼ੌਂਕ ਪੈ ਗਿਆ ਸੀ। ਅਤੇ ਅੱਠਵੀਂ ਕਲਾਸ ਤੋਂ ਮੈਂ ਜੋ ਬਚਪਨ ਸੀਗਾ, ਛੋਟਾ ਦਿਮਾਗ, ਛੋਟੀਆਂ ਗੱਲਾਂ ਜੋ ਵੀ ਮਾੜਾ ਮੋਟਾ ਕਰਦੇ ਰਹੇ, ਅਤੇ ਉਸ ਤੋਂ ਬਾਅਦ ਫਿਰ ਜਦੋਂ ਕਲਾਸ ਦੇ ਟੀਚਰ ਵਗੈਰਾ, ਸਟੂਡੈਂਟ ਵਗੈਰਾ, ਮੇਰੇ ਯਾਰ ਦੋਸਤ ਗਾਣਾ ਸੁਣਾਉਣ ਕਹਿਣਾ, ਆਪਾਂ ਗਾ ਲੈਣਾ ਥੋੜ੍ਹਾ ਬਹੁਤਾ, ਚਲੋ ਉਦੋਂ ਗਾਣੇ ਵੀ ਬਹੁਤੇ ਵਧੀਆ ਨਹੀਂ ਲਿਖਦਾ ਮੈਂ, ਹਾਲੇ ਅੱਜ ਵੀ ਚਲੋ ਸਿੱਖ ਰਹੇ ਹਾਂ। ਅਤੇ ਉਸ ਤੋਂ ਬਾਅਦ ਫਿਰ ਕੁਛ ਕਾਰਨਾਂ ਕਰਕੇ ਛੁੱਟ ਗਿਆ ਮੇਰੇ ਕੋਲੋਂ, ਫਿਰ ਮੈਂ ਪਲੱਸ ਟੂ ਦੇ ਵਿੱਚ, ਪਲੱਸ ਟੂ ਤੋਂ ਬਾਅਦ ਜਦੋਂ ਮੈਂ ਕਾਲਜ ਗਿਆ ਆਪਣੇ ਲਾਰਡ ਕ੍ਰਿਸ਼ਨਾ ਪੋਲੀਟੈਕਨਿਕ ਕਾਲਜ ਤੋਂ, ਮੈਂ ਇੰਜੀਨੀਅਰਿੰਗ ਕੀਤੀ ਹੈ ਕੰਪਿਊਟਰ ਇੰਜੀਨੀਅਰਿੰਗ। ਉਸ ਤੋਂ ਬਾਅਦ ਫਿਰ ਉੱਥੇ ਮੇਰਾ ਫਰੈਂਡ ਸੀਗਾ ਕੋਈ, ਉਹਦੇ ਪਾਪਾ ਇਹਦੇ ਵਿੱਚ ਹੈਗੇ ਸੀਗੇ ਗਾਉਣ 'ਚ, ਅਤੇ ਉਹਨਾਂ ਫਿਰ ਮੈਨੂੰ ਜਦੋਂ ਮੈਂ ਉਹਦੇ ਵੱਲ ਵੇਖ ਕੇ ਮੈਨੂੰ ਚਾਅ ਚੜ੍ਹਨਾ ਕਿ ਮੇਰੀ ਵੀ ਆਪਣੀ ਰੀਝ ਸੀਗੀ ਜਿਹੜੀ ਰਹਿ ਗਈ ਹੈ ਮੇਰੇ ਦਿਲ 'ਚ। ਅਤੇ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੂੰ ਮੈਂ ਗਾਣਾ ਇੱਕ ਵਾਰੀ ਸੁਣਾਇਆ, ਮੈਂ ਕਿਹਾ ਯਾਰ ਮੈਂ ਵੀ ਲਿਖ ਲੈਂਦਾ ਹਾਂ ਅਤੇ ਮੈਂ ਵੀ ਤੁਹਾਨੂੰ ਗਾਣਾ ਸੁਣਾਉਂਦਾ ਮੈਂ ਲਿਖ ਕੇ। ਇੱਦਾਂ ਮੈਂ ਗਾਣਾ ਸੁਣਾਇਆ ਸਾਰਿਆਂ ਨੇ, ਟੀਚਰਾਂ ਨੇ, ਕਲਾਸ 'ਚ ਬਹੁਤ ਸਲਾਹਿਆ ਉਹਨੂੰ, ਅਤੇ ਫਿਰ ਮੈਨੂੰ ਹੌਲੀ ਹੌਲੀ ਕਿਹਾ ਕਿ ਨਹੀਂ ਇਹ ਤੂੰ ਆਪਣਾ ਕੰਮ ਸ਼ੁਰੂ ਕਰ, ਬਹੁਤ ਅੱਗੇ ਜਾਵੇਗਾ। ਅਤੇ ਇਸ ਤੋਂ ਫਿਰ ਮੇਰਾ ਉਹ ਸਫ਼ਰ ਸ਼ੁਰੂ ਹੋ ਗਿਆ। ਤੁਸੀਂ ਹੁਣ ਤੱਕ ਜੇ ਦੇਖਿਆ ਜਾਵੇ ਦੋ ਗੀਤ ਤੁਹਾਡੇ ਜਿਹੜੇ ਆ ਮਾਰਕੀਟ ਦੇ ਵਿੱਚ ਨੇ, ਪਹਿਲਾਂ ਸ਼ਾਇਦ ਹੈਗਾ ਸੀ ਤੁਹਾਡਾ ਫਿੱਟ ਸੂਟ, ਔਰ ਫਿਰ ਤੁਹਾਡਾ ਕਰਲੀ ਹੇਅਰ ਆਇਆ, ਔਰ ਇਹ ਗੀਤ ਦੋਨੋਂ ਮੇਰਾ ਖਿਆਲ ਸ਼ਾਇਦ ਤੁਸੀਂ ਦੁਬਈ ਦੇ ਵਿੱਚ ਜਿਹੜੇ ਆ ਸ਼ੂਟ ਕੀਤੇ ਨੇ। ਇਹ ਤੋਂ ਬਾਅਦ ਜਿਹੜੇ ਤੁਹਾਡੇ ਨਵੇਂ ਗੀਤ ਹੁਣ ਮਾਰਕੀਟ ਦੇ ਵਿੱਚ ਆਉਣ ਵਾਲੇ ਨੇ ਬਹੁਤ ਜਲਦੀ, ਉਹਨਾਂ ਦੇ ਬਾਰੇ ਸਰੋਤਿਆਂ ਦੇ ਨਾਲ ਗੱਲ ਕਰਾਂਗੇ, ਪਰ ਉਹ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਤੁਹਾਡੇ ਜਿਹੜੇ ਗੀਤ ਨੇ ਇਹਨਾਂ ਦੇ ਕੁਝ ਬੋਲ ਜਿਹੜੇ ਆ ਉਹ ਸਰੋਤਿਆਂ ਦੇ ਨਾਲ ਸਾਂਝੇ ਕੀਤੇ ਜਾਣ। ਹਾਂਜੀ ਹਾਂਜੀ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਇਹ ਦੋ ਗੀਤਾਂ ਤੋਂ ਪਹਿਲਾਂ ਵੀ ਮੈਂ ਦੋ ਆਡੀਓ ਗੀਤ ਕੀਤੇ ਸੀਗੇ,
ਠੀਕ ਹੈ। ਤੇ ਉਹ ਮੇਰੇ ਕੋਲ ਪੈਸੇ ਹੈ ਨਹੀਂ ਸੀ ਉਹਨਾਂ, ਉਹ ਮੈਂ ਆਪਣੀ ਕਮਾਈ ਤੋਂ, ਘਰ ਦੇ ਵੀ ਸਾਡੇ ਠੀਕ ਠਾਕ ਹੈ, ਤੇ ਫਿਰ ਮੈਂ ਆਪਣੀ ਕਮਾਈ ਕਰਕੇ ਫਿਰ ਉਹ ਦੋ ਗਾਣੇ ਮੈਂ ਕੀਤੇ, ਸਿਰਫ ਆਡੀਓ ਕੀਤੇ, ਵੀਡੀਓ ਮੈਂ ਬਣਾ ਨਹੀਂ ਸਕਿਆ ਉਹਨਾਂ ਦੀ। ਤੇ ਉਹ ਆਡੀਓ ਕਰਕੇ ਫਿਰ ਚਲੋ ਬਹੁਤੇ ਨਹੀਂ, ਆਡੀਓ ਤੁਹਾਨੂੰ ਪਤਾ ਕੌਣ ਸੁਣਦਾ ਹੈ, ਟਾਈਮ ਬਹੁਤ ਘੱਟ ਸੀਗੇ ਉਦੋਂ। ਉਹ 2016 'ਚ ਮੈਂ ਕੀਤਾ ਸੀਗਾ ਪਹਿਲਾਂ ਤਾਂ, ਅਤੇ ਸ਼ਾਇਰ ਕੀਤਾ ਸੀਗਾ। ਉਸ ਤੋਂ ਬਾਅਦ ਮੈਂ 17 'ਚ ਸਾਲ ਦੋ ਤਿੰਨ ਮਹੀਨੇ ਬਾਅਦ ਹੀ 17 ਦੇ ਵਿੱਚ ਮੈਂ ਕੀਤਾ ਸੀਗਾ ਆਪਣਾ ਗਾਣਾ ਸ਼ਾਇਰ ਤੋਂ ਬਾਅਦ ਪੱਟ ਲਈ ਪਤੰਦਰਾ, ਉਹ ਦੋ ਗਾਣੇ। ਫਿਰ ਹੌਲੀ ਹੌਲੀ ਸਟਰਗਲ ਕਰਦਾ ਗਿਆ ਕਰਦਾ ਗਿਆ ਕਰਦਾ ਗਿਆ, ਫਿਰ ਟਾਂਗਰੇ ਤੋਂ ਆ ਸਾਡੇ ਬਲਜਿੰਦਰ ਸਿੰਘ ਬਿੱਟੂ ਜਿੰਦ ਸਟਿੱਲੋ ਨਾਮ ਨਾਲ ਜਾਣਦੇ ਆ ਉਹ, ਅਤੇ ਫਿਰ ਉਹ ਵੀਡੀਓ ਡਾਇਰੈਕਟਰ ਨੇ ਮੇਰੇ ਅੱਜ ਤੱਕ, ਜੇ ਵੀ ਵੀਡੀਓ ਕੀਤੀ ਮੈਂ 6-7 ਵੀਡੀਓ ਮੇਰੇ ਰੈਡੀ ਆ, ਉਹ ਸਾਰੇ ਉਹਨਾਂ ਨੇ ਹੀ ਕੀਤੇ। ਫਿਰ ਉਹਨਾਂ ਦੇ ਲਾ ਲਓ ਸਾਥ ਦਾ ਕਰਕੇ ਮੈਂ ਇੱਥੇ ਤੱਕ ਪਹੁੰਚਿਆ, ਅਤੇ ਹੁਣ ਮੈਂ ਗਾਣੇ ਜਿਹੜੇ ਆਏ ਮੇਰੇ ਉਹ ਮੈਂ ਦੋ ਬੋਲ ਸਾਂਝੇ ਕਰਨਾ ਚਾਹੁੰਦਾ। ਫਿੱਟ ਸੂਟ ਮੇਰਾ ਗਾਣਾ ਆਇਆ ਸੀਗਾ, ਉਹਦੇ ਦੋ ਬੋਲ। ਉਹ ਜੀਨ ਟੋਪ ਵਿੱਚ ਤਾਂ ਦੀਦਾਰ ਡੇਲੀ ਹੁੰਦੇ ਸੀ, ਅੱਖਾਂ ਵਾਲੇ ਤੀਰ ਦਿਲੋਂ ਪਾਰ ਡੇਲੀ ਹੁੰਦੇ ਸੀ। ਜੀਨ ਟੋਪ ਵਿੱਚ ਤਾਂ ਦੀਦਾਰ ਡੇਲੀ ਹੁੰਦੇ ਸੀ, ਅੱਖਾਂ ਵਾਲੇ ਤੀਰ ਦਿਲੋਂ ਪਾਰ ਡੇਲੀ ਹੁੰਦੇ ਸੀ। ਅੱਜ ਕਿਹਾ ਚੜ ਗਿਆ ਦਿਨ ਸੋਹਣਿਓ, ਅੱਜ ਚੋਟੀ ਦੇ ਖੂੰਜ ਲਾ ਕੇ ਆਉਂਗੇ, ਹੁਣ ਨਿਕਲੇ ਹੋ ਪਾ ਕੇ ਫਿੱਟ ਸੂਟ ਸੋਹਣਿਓ, ਗੱਭਰੂ ਦੀ ਥਾਂ ਤੇ ਅੱਜ ਜੁੱਤੀ ਏ ਪੰਜਾਬੀ, ਜੱਚਦੇ ਓ ਵਾਲੇ ਕੋਈ ਕਰੋਂਗੇ ਖਰਾਬੀ। ਸੈਂਡਲਾਂ ਦੀ ਥਾਂ ਤੇ ਅੱਜ ਜੁੱਤੀ ਏ ਪੰਜਾਬੀ, ਜੱਚਦੇ ਓ ਵਾਲੇ। ਬਹੁਤ ਖੂਬ, ਤੁਸੀਂ ਸੁਣਿਆ ਕਿ ਜਾਦੀ ਨੇ ਆਪਣਾ ਜਿਹੜਾ ਪਹਿਲਾ ਗੀਤ ਸੀ ਫਿੱਟ ਸੂਟ, ਉਹਦੇ ਕੁਝ ਬੋਲ ਤੁਹਾਡੇ ਨਾਲ ਸਾਂਝੇ ਕੀਤੇ ਨੇ। ਔਰ ਇਹ 'ਚ ਮੈਂ ਇਹ ਵੀ ਗੱਲ ਦੱਸਣੀ ਚਾਹਾਂਗਾ, ਚਾਹੇ ਜਾਦੀ ਦੇ ਗੀਤ ਜਿਹੜੇ ਰੋਮਾਂਟਿਕ ਨੇ ਪਰ ਉਹਨਾਂ ਦੇ ਵਿੱਚ ਲੱਚਰਤਾ ਨਹੀਂ ਗੀ, ਰੋਮਾਂਸ ਭਰਪੂਰ ਇਹ ਗੀਤ ਜਿਹੜੇ ਨੇ, ਇਹ ਇੱਕ ਆਮ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲੇ ਗੀਤ ਨੇ, ਕੋਈ ਇਹਦੇ ਵਿੱਚ ਕੋਈ ਵੀ ਤੁਹਾਨੂੰ ਇਹੋ ਜਿਹਾ ਵਰਡ ਨਹੀਂ ਮਿਲੇਗਾ ਜਿਹਦੇ ਵਿੱਚ ਕੋਈ ਲੱਚਰਤਾ ਜਿਹੜੀ ਉਹ ਦਿਖਾਈ ਦੇਵੇ। ਸੋ ਇਸ ਤੋਂ ਬਾਅਦ ਜਿਹੜੇ ਜਾਦੀ ਵੀ ਤੇਰੇ ਕਿਨਾ ਗੀਤ ਅਗਲੇ ਆ ਰਹੇ ਨੇ ਉਹਨਾਂ ਦੇ ਬਾਰੇ ਵੀ ਕੁਛ ਦੱਸੋ ਕਿ ਉਹ ਕਦੋਂ ਰਿਲੀਜ਼ ਹੋਣਗੇ ਔਰ ਉਹਦਾ ਕਿਹੜਾ ਉਹਦਾ ਜਿਹੜਾ ਟਾਈਟਲ ਕੀ ਹੋਏਗਾ। ਅਸੀਂ ਦੋ ਸ਼ੂਟ ਮੇਰੇ ਇੰਗਲੈਂਡ ਹੋ ਗਿਆ ਭਾਜੀ, ਉਹ ਬਿਲਕੁਲ ਗੀਤ ਮੇਰੇ ਆਉਣ ਵਾਲੇ ਰੈਡੀ ਆ, ਅਤੇ ਇੱਕ ਅਸੀਂ ਆਡੀਓ ਰੈਡੀ ਆ ਉਹ ਵੀ, ਅਤੇ ਉਹਦਾ ਸੋਚ ਰਹੇ ਕਨੇਡਾ ਸ਼ੂਟ ਕਰਨ ਦਾ। ਹਾਂਜੀ, ਉਸ ਤੋਂ ਬਾਅਦ ਕਨੇਡਾ ਸ਼ੂਟ ਕਰਾਂਗੇ। ਅਤੇ ਜਿਹੜੇ ਦੋ ਗੀਤ ਆ ਉਹ ਹੈਗਾ ਆ ਜਿੰਦਰ ਸਟਿੱਲੋ ਭਾਜੀ, ਡਿਊ ਡਾਇਰੈਕਟਰ ਸੇਮ ਹੀ ਹੈ ਮੇਰਾ ਰਹਿਣਾ, ਸ਼ਾਇਦ ਸਾਰੀ ਉਮਰ ਇਹੀ ਰੱਖੇ। ਅਤੇ ਬਾਕੀ ਜੀ ਸਕਿੱਲ ਦਾ ਮਿਊਜ਼ਿਕ ਆ, ਇੱਕ ਹੈਰੀ ਸ਼ਰਨ ਭਾਜੀ ਆਸਟ੍ਰੇਲੀਆ ਤੋਂ, ਇੱਕ ਉਹਨਾਂ ਦਾ ਮਿਊਜ਼ਿਕ ਆ, ਅਤੇ ਇੱਕ ਨਿਸ਼ਾਨ ਹੰਸ ਮੁੰਡਾ ਉਹਦਾ ਲਿਖਿਆ ਆ, ਅਤੇ ਇੱਕ ਮੌਂਟੀ ਹੰਟਰ ਆ ਮੁੰਡਾ ਕਲਕੱਤੇ ਤੋਂ, ਇਸ ਟਾਈਮ ਚੰਡੀਗੜ੍ਹ ਹੀ ਰਹਿੰਦਾ ਵੈਸੇ, ਉਹਦਾ ਲਿਖਿਆ ਗੀਤ ਆ। ਅਤੇ ਚਲੋ ਇਹ ਗੀਤਾਂ ਦੀ ਗੱਲ ਹੋ ਗਈ ਕਿ ਤੁਹਾਡੇ ਗੀਤ ਜਿਹੜੇ ਆ ਰਹੇ ਨੇ, ਮੈਂ ਪੁੱਛਣਾ ਚਾਹੁੰਦਾ ਕਿ ਜਿਵੇਂ ਕਿ ਐਜ਼ ਵੈਲ ਹਰ ਗੀਤਕਾਰ ਜਿਹੜਾ ਉਹ ਲਿਖ ਰਿਹਾ ਕੋਈ ਨਸ਼ਿਆਂ ਦੇ ਖਿਲਾਫ ਲਿਖ ਰਿਹਾ, ਕੋਈ ਜਿਹੜੇ ਆ ਉਹ ਲਿਖ ਰਿਹਾ ਆਪਣੇ ਹਥਿਆਰਾਂ ਨੂੰ ਲੈ ਕੇ, ਕਿ ਤੁਹਾਡਾ ਵੀ ਕੋਈ ਗੀਤ ਜਿਹੜਾ ਇਹਦੇ ਚੀਜ਼ ਦੇ ਨਾਲ ਰਿਲੇਟਡ ਹੈਗਾ, ਜਾਂ ਤੁਸੀਂ ਜਿਹੜੇ ਆ ਉਹ ਰੋਮਾਂਟਿਕ ਸੌਂਗ ਜਿਹੜੇ ਆ ਉਹ ਗਾਓਗੇ? ਨਹੀਂ ਭਾਅ ਜੀ, ਅਜੇ ਤੱਕ ਤਾਂ ਕੋਈ ਵਿਚਾਰ ਨਹੀਂ ਹੈਗਾ ਹਥਿਆਰਾਂ 'ਤੇ, ਵੈਸੇ ਮੈਂ ਨਹੀਂ ਗਾਉਣਾ ਚਾਹੂੰਗਾ ਕਿਉਂਕਿ ਮੇਰਾ ਮਨ ਨਹੀਂ ਹੈਗਾ ਕੋਈ ਇੱਦਾਂ ਦਾ ਗੀਤ ਕਰਨ ਦਾ, ਅਤੇ ਮੈਂ ਐਜ਼ ਆ ਰੋਮਾਂਟਿਕ ਸਿੰਗਰ ਆਪਣੀ ਪਛਾਣ ਬਣਾਉਣਾ ਚਾਹੁੰਦਾ। ਬਹੁਤ ਵਧੀਆ ਗੱਲ ਜੀ,
ਜਿਵੇਂ ਕਿ ਜੈਦੀ ਨੇ ਦੱਸਿਆ ਕਿ ਜਿਵੇਂ ਅੱਜ ਕੱਲ੍ਹ ਜਿਹੜੇ ਆ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਜਾਂ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਗੀਤ ਜਿਹੜੇ ਆ ਉਹ ਆਮ ਹੀ ਬਾਜ਼ਾਰਾਂ ਦੇ ਵਿੱਚ ਜਿਹੜੇ ਆ ਉਹ ਵੱਜ ਰਹੇ ਨੇ ਔਰ ਬਹੁਤ ਹੀ ਲੋਅ ਲੈਵਲ ਦਾ ਜਿਹੜਾ ਉਹਦੀ ਵਰਡਿੰਗ ਔਰ ਮਿਊਜ਼ਿਕ ਵੀ ਮੈਂ ਕਹੂੰਗਾ ਵੀ ਉਹ ਬਹੁਤ ਘਟੀਆ ਜਿਹੜਾ ਉਹ ਹੁੰਦਾ ਮਿਊਜ਼ਿਕ ਘਟੀਆ ਨਹੀਂ ਹੁੰਦਾ ਮਿਊਜ਼ਿਕ ਕਰਨ ਵਾਲੇ ਜਿਹੜੇ ਬੰਦੇ ਨੇ ਉਹ ਥੋੜ੍ਹਾ ਵੱਖਰੇ ਤਰੀਕੇ ਨਾਲ ਉਹਨੂੰ ਲੈ ਜਾਂਦੇ ਨੇ ਪਰ ਮੇਰਾ ਇਹ ਵੀਰ ਜਿਹੜਾ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਲੈ ਕੇ ਚੱਲ ਰਿਹਾ ਔਰ ਪਰਮਾਤਮਾ ਅੱਗੇ ਅਰਦਾਸ ਕਰਾਂਗੇ ਕਿ ਇਹਦੇ ਆਉਣ ਵਾਲੇ ਗੀਤ ਜਿਹੜੇ ਨੇ ਜਿਹੜੇ ਦੋ ਤਿੰਨ ਗੀਤ ਇਹ ਕਰਕੇ ਆਏ ਨੇ ਇੰਗਲੈਂਡ ਔਰ ਕੈਨੇਡਾ ਇਹਨਾਂ ਦਾ ਸ਼ੂਟ ਵਗੈਰਾ ਵੀ ਹੋਣ ਜਾ ਰਿਹਾ ਪਰਮਾਤਮਾ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਔਰ ਸਾਡੇ ਰਈਏ ਦਾ ਨਾਮ ਜਿਹੜਾ ਇਹ ਸਾਡਾ ਛੋਟਾ ਵੀਰ ਹੈ ਇਸੇ ਤਰ੍ਹਾਂ ਹੀ ਚਮਕਾਉਂਦਾ ਰਹੇ ਜੈ ਹਿੰਦ।